तेनू कोई कुछ नहीं कहिंदा, ठीक है। गल इदा मित्रा, अहीं तेरे दुश्मन नहीं, तू साडा दुश्मन नहीं, पर इस वेले तू साडा वड्डा दुश्मन आ, क्योंकि साडे गुरु ग्रंथ साहिब दी तू बेअदबी करन वास्ते आ गया, ठीक है। ए जनाब खलोते ने सामने, अफसर मौके दे अफसर एच ओ साहब खलोते हुए ने, सच्ची गल दस वी तू किदां आया ही? मेरा होना ही रिश्ता की उची बोल रिश्ता ना कुड़ी आई जी सारी संगत नु सुनाई दे उची बोल उदो तू चार साडे चार सेवादारा नु चार सेवादारा नु तू सट्टा ला सकदा वा तू उन्हां दे गोडिया दे डंगा मार सकदा तू हुण तेनू बोलन लगा पीड़ पैंदी आ उची बोल की होया तेरे नाल क्यों आया उत्थे बेअदबी कर मेरे साल आई कुड़ी आई दी इत्थे ते मुंडा ओहदा भरा वी आ रहा किथे आए ही ना बोलन दा की ਕਿੱਥੇ ਆਏ ਸੀ ਕੌਣ ਮੁੰਡਾ ਸੀ ਕੌਣ ਕੁੜੀ ਸੀ ਲਵ ਸਿੰਘ ਬਰੋਲਾ ਜਲੰਧਰ ਤੋਂ ਤੇ ਉਹੀ ਦਨ ਉਹ ਉਹਨਾਂ ਨੇ ਮੇਰਾ ਪਾਸਪੋਰਟ ਹੀ ਬਣਾ ਲਿਆ ਕੈਨੇਡਾ ਆਪਣਾ ਵੀ ਤੁਸੀਂ ਰਾਤੀ 11 ਵਜੇ ਦੀ ਗੱਲ ਹੈ ਜੀ ਉਹ ਬੰਦਾ ਆਇਆ ਹੈ ਅਸੀਂ ਇੱਥੇ ਖੜੇ ਉਹ ਬੰਦਾ ਮਾੜਾ ਜਿਹਾ ਯੂਜ਼ ਅੰਦਰ ਵੜਦਾ ਸੀ ਉਹਦੇ ਕੋਲ ਇੱਕ ਲੈਟਰ ਸੀ ਵਾਰ ਵਾਰ ਅਸੀਂ ਰੋਕਦੇ ਸੀ ਉਹ ਨਹੀਂ ਰੁਕਦਾ ਫਿਰ ਪੁਲਿਸ ਨੂੰ ਅਸੀਂ ਜਾ ਕੇ ਦੱਸਿਆ ਅਸੀਂ 112 'ਤੇ ਫੋਨ ਕੀਤਾ ਪੁਲਿਸ ਆਈ ਆ ਫਿਰ ਲੈ ਗਈ ਉਹਨੂੰ ਫੜ ਕੇ ਅਤੇ ਫਿਰ ਮੁੜ ਕੇ ਦੁਬਾਰਾ ਪੁਲਿਸ ਨੇ ਛੱਡ ਦਿੱਤਾ ਫਿਰ ਆ ਗਿਆ ਉਹ 2 ਵਜੇ ਫਿਰ ਮੁੜ ਕੇ ਉਹਨਾਂ ਨੇ ਸਾਡੇ ਬੰਦਿਆਂ 'ਤੇ ਵਾਰਦਾਤ ਕੀਤੀ ਹੈ ਸਾਡੇ ਡਾਂਗਾਂ ਮਾਰੀਆਂ ਨੇ ਪੁੱਤ ਬੱਚਿਆਂ 'ਤੇ ਸੱਟਾਂ ਲਾਈਆਂ ਨੇ ਅਸੀਂ ਉਹਨੂੰ ਰੋਕਦੇ ਸੀ ਉਹ ਰੁਕਦਾ ਨਹੀਂ ਅਤੇ ਨਾਲ ਸਾਡੇ ਬਜ਼ੁਰਗ ਵੀ ਸੀ ਜਦੋਂ ਉਹਨੂੰ ਅਸੀਂ ਦੋਵਾਂ ਤਿੰਨ ਡਰਾਈਵਰ ਆਏ ਨੇ ਟਰੱਕ ਵਾਲੇ ਫਿਰ ਸਾਨੂੰ ਆਣ ਕੇ ਉਹਨਾਂ ਛਡਾਇਆ ਹੋਇਆ ਕੀ ਜਿਹੜਾ ਸ਼ਰਾਰਤੀ ਆਇਆ ਸੀ ਉਹਦਾ ਕੀ ਮਕਸਦ ਕੀ ਸੀਗਾ ਉਹਦਾ ਮਕਸਦ ਇਹੋ ਸੀਗਾ ਵੀ ਉਹ ਮਹਾਰਾਜ ਜੀ ਅੰਦਰ ਵੜਦਾ ਸੀ ਕੱਪੜਿਆਂ ਨੂੰ ਬੇਅਦਗੀ ਮਹਾਰਾਜ ਦੀ ਕਰਨਾ ਚਾਹੁੰਦਾ ਸੀ ਅਸੀਂ ਉਹਨੂੰ ਠਾਕਦੇ ਸੀ ਪਰ ਉਹ ਨਹੀਂ ਪਿੱਛੇ ਹਟਦਾ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਪੁਲਿਸ ਵਾਲੇ ਕੋਈ ਕਾਰਵਾਈ ਨਹੀਂ ਕੀਤੀ ਉਹਨੂੰ 2 ਵਾਰ ਫੜਗਾਇਆ 2 ਵਾਰ ਉਹਨਾਂ ਨੇ ਛੱਡਤਾ ਪੁਲਿਸ ਵਾਲੇ ਨੂੰ ਅੱਜ ਇਨਫੋਰਮੇਸ਼ਨ ਮਿਲੀ ਸੀ ਅੱਡਾ ਕੋਲੀਆਂ ਦੇ ਲਾਗੇ ਜਿੱਥੇ ਹੋਲੀ ਦੇ ਤਿਉਹਾਰ ਦੇ ਸੰਬੰਧ ਵਿੱਚ 24 ਘੰਟੇ ਸਿੱਖ ਸੰਗਤ ਵੱਲੋਂ ਲੰਗਰ ਚਲਾਇਆ ਜਾ ਰਿਹਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਕਿਸੇ ਵਿਅਕਤੀ ਨੇ ਉੱਥੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਮੌਕੇ ਦੇ ਉੱਤੇ ਆਏ ਹਾਂ ਜੋ ਵੀ ਬਿਆਨ ਲਿਖ ਕੇ ਜੋ ਵੀ ਕਾਨੂੰਨੀ ਕਾਰਵਾਈ ਬਣੇਗੀ ਉਹ ਅਮਲ ਵਿੱਚ ਲਿਆਂਦੀ ਜਾਵੇਗੀ